किसानां वल्लों टोलां ते दित्ते जा रहे धरनियां नूं लै के हाई कोर्ट दे विच सुनवाई हुई है। हाई कोर्ट दे वल्लों टोलां तों धरने हटाउण दे पंजाब सरकार नूं हुकम जारी कीते गए ने। नेशनल हाईवे अथॉरिटी ऑफ इंडिया ने हाई कोर्ट च पटीशन पाई सी ते दावा कीता सी कि रोजाना करोड़ां रुपए दा नुकसान हो रहा है, जिस दे बाद हाई कोर्ट ने चीफ सैकटरी ते डीजीपी पंजाब नूं सुप्रीम कोर्ट दे हुक्मां दी पालना करवाउण नूं कहा ते लगातार एक महीने तों किसानां दे वल्लों टोलां ते लाए धरने नूं चुकवाउण दे हुक्म दित्ते ने। जिक्रयोग है कि किसान मजदूर संघर्ष कमेटी दे वल्लों टोलां ते धरना दित्ता जा रहा है। 10 जिलों के 18 टोल प्लाजा नूं किसानां ने फ्री करवा रखा है ते इन्हां टोलां नूं लैके हाई कोर्ट च सुनवाई हुई है ते हाई कोर्ट ने टोल फ्री करवाउण दे सरकार नूं हुक्म दित्ते ने। ਸੁਪਰੀਮ ਕੋਰਟ ਨੂੰ ਪੁਆਇੰਟ ਆਊਟ ਕੀਤਾ ਕਿ 2 ਦਿਨ ਦੇ ਆਰਡਰ ਤੇ ਬਾਵਜੂਦ ਐਂਡ ਸੀਰੀਅਸਨੈਸ ਦੇਖਦੇ ਹੋਣ ਤੋਂ ਬਾਅਦ 2 ਦਿਨ ਚ ਕੋਈ ਕਾਰਵਾਈ ਨਹੀਂ ਹੋਈ ਹੈ। ਕੋਈ ਵੀ 13 ਟੋਲ ਪਲਾਜ਼ਾ ਤੇ ਨਾ ਸਾਨੂੰ ਕੋਈ ਐਕਸ਼ਨ ਦੀ ਕੋਈ ਰਿਪੋਰਟ ਦਿੱਤੀ ਗਈ ਹੈ, ਨਾ ਸਾਨੂੰ ਕੋਈ ਰਿਸਪੌਂਸ ਦਿੱਤਾ ਗਿਆ। ਟੇਕਿੰਗ ਇਨ ਟੂ ਦੀ ਸੀਰੀਅਸਨੈਸ ਆਫ ਦੀ ਮੈਟਰ, ਕੋਰਟ ਨੇ ਜੋ ਹਾਈਐਸਟ ਬਿਊਰੋਕਰੇਟਿਕ ਹੈੱਡ ਹੈ ਚੀਫ ਸੈਕਟਰੀ ਰਿਸਪੌਂਡ ਨੰਬਰ 1 ਤੇ ਰਿਸਪੌਂਡ ਨੰਬਰ 3 ਡੀਜੀਪੀ ਨੂੰ ਡਾਇਰੈਕਸ਼ਨ ਕੀਤੀ ਹੈ ਕਿ ਟੂ ਇਨਸ਼ੋਰ ਕਿ ਜਿਹੜੇ ਆਲਰੇਡੀ ਟੋਲ ਪਲਾਜ਼ਾ ਬਚੇ ਹੋਏ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਔਰ ਐਡੀਕੇਟ ਸਕਿਉਰਿਟੀ ਦਿੱਤੀ ਜਾਵੇ। ਜਿਹੜਾ ਸਟੇਟਸ ਕੋਰਟ ਐਗਰੀਮੈਂਟ ਬੜਾ ਕੈਟਾਗੋਰੀਕਲੀ ਪ੍ਰੋਵਾਈਡਡ ਹੈ। ਸੈਕਿੰਡਲੀ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜੇ ਉਹ 13 ਤੋਂ ਜਿਹੜੇ ਟੋਲ ਪਲਾਜ਼ਾ ਜਿਹੜਾ ਅਸੀਂ ਰਿਪੀਟਡਲੀ ਉਹਨਾਂ ਨੂੰ ਆਲਰੇਡੀ ਰਿਪ੍ਰੈਜੈਂਟੇਸ਼ਨ ਦਿੱਤੀਆਂ, ਵੀਡੀਓਜ਼ ਦਿੱਤੀਆਂ, ਉਹਦਾ ਵੀ ਸਟੇਟਸ ਰਿਪੋਰਟ ਸੀਨੀਅਰ ਮੋਰ ਆਫਿਸਰ ਰਿਸਪੌਂਡ ਨੰਬਰ 1 ਐਂਡ 3 ਦੇ ਵਿਲ ਸਬਮਿਟ ਟੂ ਦੀ ਕੋਰਟ ਕਿ ਅੱਜ ਤੱਕ ਕੀ ਕਾਰਵਾਈ ਕੀਤੀ ਗਈ ਹੈ। ਸਾਡਾ ਪੱਖ ਆ ਵੀ ਦੇਸ਼ ਵਿੱਚ ਟੋਲ ਪਲਾਜ਼ੇ ਨਹੀਂ ਹੋਣੇ ਚਾਹੀਦੇ। ਜਦੋਂ ਰੋਡ ਟੈਕਸ ਗੱਡੀ ਜਦੋਂ ਅਸੀਂ ਖਰੀਦਦੇ ਹੈਗੇ ਹਾਂ ਉਹ ਪਹਿਲੋਂ ਲੈ ਲਿਆ ਜਾਂਦਾ ਸਾਡੇ ਕੋਲ 11 ਲੱਖ ਦੀ ਗੱਡੀ 'ਚ 2 ਲੱਖ ਤੋਂ ਵੱਧ ਟੈਕਸ ਸਾਨੂੰ ਪੈ ਰਿਹਾ ਵਾ, ਫਿਰ ਟੋਲ ਲਾਉਣੇ ਜ਼ਰੂਰੀ ਨਹੀਂ ਹੈਗੇ। ਸੈਕਿੰਡ ਅਸੀਂ ਸਰਕਾਰ ਨੂੰ ਕਿਹਾ ਵੀ ਜੇ ਇਹ ਲੱਗਦਾ ਸਰਕਾਰ ਨੂੰ ਇਹ ਮਾਡਲ ਵਧੀਆ ਹੈਗਾ ਤਾਂ ਉਹ ਪਹਿਲੋਂ ਰੋਡ ਟੈਕਸ ਖਤਮ ਕਰ ਦੇਵੇ ਅਤੇ ਸਾਰੇ ਜਿਹੜੇ ਟੋਲ ਪਲਾਜ਼ੇ ਆਪਣੇ ਅਧੀਨ ਕਰ ਲਵੇ, ਇਹਨੂੰ ਇੱਕ ਸਰਕਾਰੀ ਅਦਾਰਾ ਜਨਤਕ ਅਦਾਰਾ ਐਲਾਨ ਕਰ ਦੇ ਅਤੇ ਮੁਲਾਜ਼ਮਾਂ ਦੀ ਪੱਕੀ ਭਰਤੀ ਕਰ ਦੇਵੇ ਅਤੇ ਰੋਡ ਉਹਦੀ ਪਰਚੀ ਬਹੁਤ ਘੱਟ ਕਰ ਦੇਵੇ।